12 ਵਜ ਗਏ ਉੱਠਣਾ ਨਹੀਂ ਸਕੂਲ ਤੇਰੇ ਪਿਉਣੇ ਜਾਣਾ ਸਾਰੀ ਰਾਤ ਆਪਣੇ ਫੋਨ ਤੇ ਬਸ ਟਿਕ 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 ਕਰਦਾ ਰਹਿਣਾ ਇਹ ਸਾਰਾ ਤੇਰੇ ਫੋਨ ਕਰਕੇ ਆ ਕਿ ਤੂੰ ਲੇਟ ਹੁੰਦਾ ਰਹਿਣਾ ਬਸ ਹੋ ਗਿਆ ਬਿਮਾਰ ਹੋਰ ਦੇਖ ਲਾ ਫੋਨ ਬਸ ਇੱਕ ਵਾਰੀ ਖੰਘ ਗਿਆ ਨਹੀਂ ਜਦੋਂ ਰਾਤ ਤੇ ਫੋਨ ਤੇ ਟਿਕ 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 ਕਰੀ ਜਾਣਾ ਫਿਰ ਬਿਮਾਰੀ ਹੋਣਾ ਹੋਰ ਕੀ ਹੋਣਾ ਆਈ ਐਮ ਨਾਟ ਸਿਕ ਕੋਈ ਨਾ 2 ਮਿੰਟ ਹੋਰ ਦੇਖ ਲਾ ਫੋਨ ਆਪ ਹੀ ਕੈਂਸਰ ਹੋ ਜਾਣਾ ਇਹ ਸਾਰੀਆਂ ਬਿਮਾਰੀਆਂ ਫੋਨ ਦੇ ਕਰਕੇ ਹੁੰਦੀਆਂ ਮੰਮਾ ਮੈਨੂੰ ਭੁੱਖ ਲੱਗੀ ਆ ਭੁੱਖੀ ਲੱਗਣੀ ਆ ਜਦੋਂ ਸਾਰਾ ਦਿਨ ਫੋਨ ਦੇਖੀ ਜਾਣਾ ਓ ਮਾਈ ਗੋਡ ਇਹ ਸਾਰਾ ਤੇਰੇ ਫੋਨ ਦੇ ਕਰਕੇ ਆ ਕਿ ਤੈਨੂੰ ਭੁੱਖ ਲੱਗਦੀ ਆ ਓਏ ਤੇਰੀਆਂ ਲੱਤਾਂ ਕਿੱਥੇ ਆ ਹੈ ਨਹੀਂ ਇਹ ਸਾਰਾ ਤੇਰੇ ਫੋਨ ਦੇ ਕਰਕੇ ਆ ਕਿ ਤੇਰੇ ਕੋਲ ਲੱਤਾਂ ਨਹੀਂ ਹੈਗੀਆਂ ਲੋਕੀ ਮੇਰਾ ਕਸੂਰ ਕਰਦੇ ਆ ਕਿ ਤੂੰ ਅੱਧਾ ਪੁੱਤ ਜੰਮਿਆ ਅੱਧਾ ਪੁੱਤ ਜੰਮਿਆ ਅੱਧਾ ਕਿੱਥੇ ਰਹਿਣ ਤਾ ਤੇਰੇ ਫੋਨ ਦਾ ਕਸੂਰ ਆ ਨਾ ਕਿ ਮੇਰਾ ਹੈਲੋ ਫੇਰ ਪੈ ਗਿਆ ਫੋਨ ਤੇ ਮੈਂ ਤਾਂ ਸੋਚਿਆ ਤੂੰ ਪੜਦਾ ਸੀ ਡੈਡੀ ਤੁਸੀਂ ਮੈਨੂੰ ਫੋਨ ਕੀਤਾ ਹੁਣ ਮੈਂ ਚੱਕਾ ਨਾ ਹੁਣ ਮੈਨੂੰ ਪਤਾ ਲੱਗਿਆ ਤੂੰ ਫੇਲ ਕਿਉਂ ਹੁੰਦਾ ਰਹਿੰਦਾ ਇਹ ਸਾਰਾ ਤੇਰੇ ਫੋਨ ਦੇ ਕਰਕੇ ਆ ਕਿ ਤੂੰ ਫੇਲ ਹੁੰਦਾ ਰਹਿੰਦਾ ਓ ਮਾਈ ਗੋਡ ਸਿੰਘਦਾਰ ਆਪਣਾ ਫੋਨ ਚੈੱਕ ਕਰੀ ਮੈਂ ਤੈਨੂੰ ਕੁਝ ਵਟਸਐਪ ਤੇ ਭੇਜਿਆ ਨਹੀਂ ਕਾਤੇ ਜਦੋਂ ਵੀ ਮੈਂ ਫੋਨ ਦੇਖਦਾ ਤੁਸੀਂ ਗੁੱਸੇ ਹੋ ਜਾਂਦੇ ਮੈਂ ਨਹੀਂ ਦੇਖਣਾ ਨਹੀਂ ਨਹੀਂ ਮੈਂ ਨਹੀਂ ਗੁੱਸੇ ਹੁੰਦਾ ਤੂੰ ਫੋਨ ਚੈੱਕ ਕਰ ਨਹੀਂ ਕਰ ਲਾ ਚੈੱਕ ਨਹੀਂ ਸਿੰਘਦਾਰ 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 ਫਾਈਨ ਫਿਰ ਬਹਿ ਕੇ ਫੋਨ ਤੇ ਓ ਮਾਈ ਗੋਡ